ਹਾਂਜੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਤੇ ਕੁਝ ਗੱਲਾਂ ਕਰਨੀਆਂ ਤੁਹਾਡੇ ਨਾਲ ਸਾਂਝੀਆਂ ਆਪਣੇ ਪੰਜਾਬੀ ਮੀਡੀਆ ਬਾਰੇ ਤੇ ਹੋਰ ਵੀ ਦਿਖਾਉਣੇ ਦੀਨ ਦੁਨੀਆ 'ਚ ਕੀ ਹੋ ਰਿਹਾ ਆ ਤੇ ਬਾਈ ਜੀ ਪੰਜਾਬੀ ਮੀਡੀਆ ਦੀ ਗੱਲ ਕਰਦੇ ਆ ਪੰਜਾਬ 'ਚ ਸਭ ਨੂੰ ਪਤਾ ਜੋ ਵੀ ਹੋਇਆ ਮਾੜਾ ਹੋਇਆ ਹਾਂਜੀ ਪਰ ਉਸ ਦਾ ਲਾਹਾ ਕਿੱਦਾਂ ਲਿਆ ਆ ਜੀ ਮੈਂ ਤੁਹਾਨੂੰ ਜੇ ਮੈਂ ਦੱਸਾਂ ਮੈਂ ਪਰਸਨਲੀ ਜੇ ਮੈਂ 2-4 ਪੱਤਰਕਾਰ ਜਿਨ੍ਹਾਂ ਨੂੰ ਲਾਈਕ ਕਰਦਾ ਇੱਕ ਮਿੰਟੂ ਭਾਜੀ ਇੱਕ ਰਤੇਸ਼ ਭਾਜੀ ਬਾਕੀ ਬਾਈ ਜੀ ਜਿਹੜੇ ਪੱਤਰਕਾਰ ਪੰਜਾਬ 'ਚ ਜਣਾ ਖਾਣਾ ਬਣਿਆ ਆ ਉਹਨੇ ਕਿੱਦਾਂ ਲਾਹਾ ਲਿਆ ਜਿੱਥੇ ਬਾਈ ਸਿੱਧੂ ਦੀ ਮੰਗਣੀ ਹੋਈ ਸੀ ਉਹਦਾ ਘਰ ਦਿਖਾਈ ਜਾਂਦੇ ਆ ਹਾਂਜੀ ਉਹਨਾਂ ਨੂੰ ਬਾਈ ਜੀ ਤੁਸੀਂ ਦੱਸੋ ਤੁਸੀਂ ਆਪ ਸਿਆਣੇ ਆ ਇਹ ਚੀਜ਼ਾਂ ਦਿਖਾਉਣ ਆ ਲਈਆਂ ਜਿੱਥੇ ਮੰਗਣੀ ਹੋਈ ਹੋਸੀ ਉਹਨਾਂ ਦਾ ਘਰ ਦਿਖਾਈ ਜਾਂਦੇ ਆ ਐਨਾ ਸ਼ੁਗਰ ਕਰੋ ਅਜੇ ਤਾਂ ਉਹਨਾਂ ਨੂੰ ਕੁੜੀ ਨਹੀਂ ਪਤਾ ਲੱਗੀ ਕਿ ਇਹਨਾਂ ਮੰਗਣੀ ਹੋਈ ਹੋਸੀ ਨਹੀਂ ਤਾਂ ਇਹ ਨਹੀਂ ਜਾ ਕੇ ਉਹਨਾਂ ਦੇ ਦਰਾਂ ਅੱਗੇ ਬਹਿ ਜਾਣਾ ਸੀ ਇਹ ਨਹੀਂ ਬਾਈ ਜੀ ਕਿਸੇ ਦਾ ਦੁੱਖ ਸਮਝਦੇ ਬਸ ਮਾਈਕ ਕੋ ਸਾਈ ਜਾਂਦੇ ਉਹਨਾਂ ਦੇ ਮੋਰੇ ਵੀ ਲਓ ਜੀ ਬੋਲੋ ਜੀ ਬਾਈ ਸਾਰੇ ਜਿੰਨੇ ਵੀ ਕਲਾਕਾਰ ਆ ਰਹੇ ਜੋ ਜੋ ਵੀ ਲੋਕ ਆ ਰਹੇ ਉਹਨਾਂ ਨੂੰ ਪੁੱਛ ਰਿਹਾ ਵੀ ਤੁਹਾਨੂੰ ਕਿੱਦਾਂ ਮਹਿਸੂਸ ਹੋ ਰਿਹਾ ਯਾਰ ਇਹ ਤਾਂ ਨਾਰਮਲ ਹੀ ਗੱਲ ਹੈ ਤਾਂ ਕਾਮਨ ਸੈਂਸ ਵਾਲੀ ਗੱਲ ਹੈ ਵੀ ਕਿੱਦਾਂ ਮਹਿਸੂਸ ਹੋ ਰਿਹਾ ਸਾਰਿਆਂ ਨੂੰ ਹਾਂਜੀ ਕੋਈ ਖੋਸ਼ਤਾ ਹੋ ਨਹੀਂ ਰਿਹਾ ਉਹਨਾਂ ਦਾ ਮਾਈਕ ਮੋਰੇ ਕਰ ਕਰਕੇ ਹਾਂਜੀ ਕਿੱਦਾਂ ਮਹਿਸੂਸ ਹੋ ਰਿਹਾ ਭਾਈ ਜੀ ਇਹਨਾਂ ਨੂੰ ਕਿਸੇ ਦੇ ਮਰੇ ਦਾ ਕੋਈ ਦੁੱਖ ਨਹੀਂ ਜਿੰਨੇ ਵੀ ਪੱਤਰਕਾਰ ਪੰਜਾਬ ਚ ਬਣੇ ਫਿਰਦੇ ਚੈਨਲ ਬਣਾਈ ਫਿਰਦੇ YouTube Facebook ਦੇ ਕਿਤੇ ਵੀ ਜੇ ਦੁੱਖ ਹੁੰਦਾ ਬਾਈ ਜੀ ਦੋ ਮੁੰਡਿਆਂ ਦੇ ਹੋਰ ਗੋਲੀਆਂ ਲੱਗੀਆਂ ਸੀ ਉਹਨਾਂ ਦਾ ਹਾਲ ਪੁੱਛਿਆ ਕਿਸੇ ਨੇ ਮੇਰੇ ਸਾਹਮਣੇ ਤਾਂ ਕੋਈ ਵੀਡੀਓ ਆਈ ਨਹੀਂ ਮੈਨੂੰ ਦੱਸ ਦਿਓ ਬਾਈ ਜੀ ਜੇ ਕੋਈ ਪੱਤਰਕਾਰ ਉਹਨਾਂ ਦੇ ਕੋਲ ਗਿਆ ਵੀ ਬਾਈ ਆਹ ਦੋ ਮੁੰਡਿਆਂ ਦੇ ਇਹਨਾਂ ਦੇ ਵੀ ਗੋਲੀਆਂ ਲੱਗੀਆਂ ਸੀ ਜਿਹੜੇ ਸਿੱਧੂ ਮੂਸੇਵਾਲੇ ਨਾਲ ਬੈਠੇ ਸੀਗੇ ਉਹ ਤੁਹਾਡੇ ਸਾਹਮਣੇ ਆਈ ਕੋਈ ਵੀਡੀਓ ਉਹਨਾਂ ਦੇ ਘਰ ਦੇ ਹਾਲ ਕਿਸੇ ਨੇ ਪੁੱਛਿਆ ਨਹੀਂ ਪੁੱਛਿਆ ਨਾ ਤੇ ਇਧਰਲੇ ਪਾਸੇ ਲਾਓ ਜੀ ਕੁੱਤੇ ਨੇ 3 ਦਿਨ ਤੋਂ ਰੋਟੀ ਨਹੀਂ ਖਾਧੀ ਇਹ ਸਾਰੇ ਚੱਕਰ টিਆਰਪੀ ਦਾ ਆ ਬਾਈ ਜੀ ਸਿੱਧੀ ਜੀ ਗੱਲ ਆ ਐਡ ਚੱਲਦੀ ਆ ਫੇਸਬੁੱਕ ਤੇ ਮੋਨਟਾਈਜੇਸ਼ਨ ਹੋਈ ਹੋਗਾ ਤੇ ਪੈਸੇ ਦਾ ਚੱਕਰ ਆ ਇਹਨਾਂ ਨੂੰ ਕੋਈ ਦੁੱਖ ਨਹੀਂਗਾ ਸੋ ਹੱਥ ਜੋੜ ਕੇ ਭਰਾਵੋ মিডিਆ ਅੱਗੇ ਬੇਨਤੀ ਕਰਦਾ ਬਾਈ ਜੀ ਥੋੜੀ ਜੀ ਆਪਣੇ ਆਪ 'ਚ ਹਿਊਮੈਨਿਟੀ ਲੈ ਕੇ ਆਓ ਸੰਵੇਦਨਸ਼ੀਲਤਾ ਲੈ ਕੇ ਆਓ ਇਨਸਾਨੀਅਤ ਲੈ ਕੇ ਆਓ ਤੁਸੀਂ ਪੈਸਾ ਹੀ ਸਾਰਾ ਕੁਝ ਬਣਾਇਆ ਆ ਤੁਹਾਨੂੰ ਕੋਈ ਦੁੱਖ ਨਹੀਂਗਾ ਜਿੰਨੇ ਵੀ ਚੈਨਲ ਆ ਸਾਰਿਆਂ ਨੇ ਜਿੰਨੀਆਂ ਵੀ ਵੀਡੀਓ ਆਪਣੇ ਲੋਗੋ ਵੱਡੇ ਵੱਡੇ ਕਰਕੇ ਲਾਇਆ ਹੋਆ ਵੀ ਜੋ ਵੀ ਅੰਤਿਮ ਸੰਸਕਾਰ ਦੀ ਵੀਡੀਓ ਜਾਂ ਜੋ ਵੀ ਆ ਵੀ ਕਿਸੇ ਤੱਕ ਪਹੁੰਚੇ ਸਾਡਾ ਲੋਗੋ ਸਭ ਤੋਂ ਪਹਿਲਾਂ ਮੋਰੇ ਸ਼ੋ ਹੋਵੇ ਵੀ ਤੁਸੀਂ ਜੇ ਤੁਹਾਨੂੰ ਇੰਨਾ ਹੀ ਦੁੱਖ ਹੁੰਦਾ ਤੁਸੀਂ ਕਾਹਨੂੰ ਲੋਗੋ ਐਡੇ ਐਡੇ ਲਾਉਂਦੇ ਮਸ਼ਹੂਰੀਆਂ ਆਪਣੀਆਂ ਕਰਨਦੇ ਆ ਬਾਈ ਜੀ ਇਦਾਂ ਹੀ ਪੰਜਾਬ ਚ ਇਦਾਂ ਹੀ ਇੱਥੇ ਪਰਸੋਂ ਚੋਂ ਰਵੀਦਾਸ ਮਹਾਰਾਜ ਜੀ ਦਾ ਨਗਰ ਕੀਰਤਨ ਸੀ ਕੱਲ੍ਹ ਆ ਸੰਝੇ ਟੀ ਸੰਝੇ ਟੀਵੀ ਦੀ ਟੀਮ ਪਹੁੰਚੀ ਉੱਥੇ ਨਗਰ ਕੀਰਤਨ ਨੂੰ ਕਵਰ ਕਰਨ ਤੇ ਮੈਂ ਗਿਆ ਇੱਥੇ ਸਰੀ ਚ 200 500 500 ਤੋਂ ਵੱਧ ਬਈ ਦੀ ਰੇਡੀਓ ਟੀਵੀ ਚੈਨਲ ਆ ਸਰੀ ਚ ਗਏ ਨਹੀਂ ਕਿਉਂਕਿ ਇੱਥੇ ਅਜੇ ਵੀ ਜਾਤ ਪਾਤ ਦਾ ਬਿਤਕਰਾ ਬਿਤਕਰਾ ਚੱਲਦਾ ਆ ਹਾਂਜੀ ਸਹੀ ਸੁਣਿਆ ਤੁਸੀਂ ਉਹ ਕਿਉਂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ਪੁਰਬ ਸੀ ਨਗਰ ਕੀਰਤਨ ਸੀ ਇਸ ਲਈ ਨਹੀਂ ਗਏ 500 ਤੋਂ ਵੱਧ ਚੈਨਲ ਆ ਕੱਲਾ ਸੰਝਾ ਟੀਵੀ ਪਹੁੰਚਿਆ ਤੇ ਮੈਂ ਗਿਆ ਸੀ ਇੱਥੇ ਜਾਤ ਪਾਤ ਦਾ ਬਿਤਕਰਾ ਪੰਜਾਬ ਤੋਂ ਵੀ ਵੱਧ ਆ ਭਰਾਵੋ ਇਹ ਮੈਂ ਹੁਣ ਤੁਹਾਨੂੰ ਦਿਖਾਉਣਾ ਵੀ ਉਹੀ ਦੁਨੀਆ ਕਿੱਥੇ ਪਹੁੰਚ ਗਈ ਹੈ ਤੁਸੀਂ ਕਟੜਤਾ ਜ਼ਹਿਰ ਮਨਾ ਚ ਲੈ ਕੇ ਮਰ ਮੁੜ ਜਾਣਾ ਇਦਾਂ ਹੀ ਹਾਂਜੀ ਅਜੇ ਕਮੈਂਟਾਂ ਵੀ ਮੈਨੂੰ ਵੀ ਗਾਲਾਂ ਦਈ ਜਾਂਦੇ ਆ ਭਰਾਵੋ ਕੋਈ ਚੱਕਰ ਨਹੀਂ ਠੀਕ ਆ ਹੈਨਾ ਉਸ ਬਾਈ ਦੀ ਮੌਤ ਤੇ ਮੈਨੂੰ ਤਾਂ ਦੁੱਖ ਹੋਇਆ ਚਲੋ ਜੇ ਮੈਂ ਮਰ ਗਿਆ ਤੁਸੀਂ ਖੁਸ਼ੀਆਂ ਮਨਾ ਲਿਓ ਫੇਰ ਤੁਹਾਨੂੰ ਖੁਸ਼ੀ ਹੋ ਜੂ ਹਾਂਜੀ ਹੁਣ ਤੁਹਾਨੂੰ ਦਿਖਾਉਂਦੇ ਆ ਭਰਾਵੋ ਵੀ ਦੁਨੀਆ ਕਿੱਦਾਂ ਆਪਣੇ ਆਪ ਨੂੰ ਕਿਸ ਤਰੀਕੇ ਨਾਲ ਚੱਲਦੀ ਆ ਹੁਣ ਆਪਣੇ ਪਾਕਿਸਤਾਨੀ ਵੀਰ ਭਰਾ ਆਇਆ ਇਹਨਾਂ ਪਤੰਦਰਾ ਨੇ ਪਾਸਪੋਰਟ ਤੇ ਲਿਖਾਇਆ ਵੀ ਇਜ਼ਰਾਈਲ ਤੁਸੀਂ ਕਦੀ ਜਾਈ ਨਹੀਂ ਸਕਦੇ ਕਿਸੇ ਵੀ ਪਾਕਿਸਤਾਨੀ ਤੋਂ ਪੁੱਛ ਲਿਓ ਇਹਨਾਂ ਦੇ ਪਾਸਪੋਰਟ ਤੇ ਲਿਖਿਆ ਵੀ ਇਜ਼ਰਾਈਲ ਭਈ ਪਾਕਿਸਤਾਨ ਵਾਲੇ ਇਜ਼ਰਾਈਲ ਜਾਈ ਨਹੀਂ ਸਕਦੇ ਇਹਨਾਂ ਦਾ ਪੱਕਾ ਹੀ ਪਾਸਪੋਰਟ ਤੇ ਲਿਖਿਆ ਤੇ ਜਿਨ੍ਹਾਂ ਲੋਕਾਂ ਨੇ ਦੁਨੀਆ 'ਚ ਤਰੱਕੀਆਂ ਕਰਨੀਆਂ ਉਹ ਕੀ ਕਰਦੇ ਆ ਤੁਹਾਨੂੰ ਦਿਖਾਉਣੇ ਆ ਸੋ ਭਰਾਵੋ ਜਿਹੜਾ ਭਾਰਤ ਪਾਕਿਸਤਾਨ ਆ ਕਿਉਂਕਿ ਇੱਕ ਦੇਸ਼ ਤੋਂ ਹੀ ਬਣੇ ਆ ਲੋਕਾਂ ਦੀ ਸੋਚ ਵੀ ਉਹੀ ਆ ਦੋਨਾਂ ਦੇਸ਼ਾਂ ਦੀ ਤੇ ਆ ਦੇਖੋ ਆਜੋਨ ਦੇਖੋ ਨਾ ਸਵਾ ਦੇਖੋ ਜੁਏਈ ਵਾਲੇ ਆ ਪਹਿਲੀ ਅਰਬੀ ਕੰਟਰੀ ਹੋ ਗਈ ਜੁਏਈ ਯੂਨਾਈਟਿਡ ਅਰਬੀ ਮਿਰਾਸ ਜਿਨ੍ਹਾਂ ਨੇ ਇਜ਼ਰਾਈਲ ਨਾਲ ਟ੍ਰੇਡ ਸਮਝੌਤਾ ਕਰ ਲਿਆ ਦੇਖ ਸਕਦੇ ਆ ਇਜ਼ਰਾਈਲ ਦਾ ਝੰਡਾ ਈ ਲੁਮਨਾਤੀ ਪਰ ਇੱਕ ਗੱਲ ਵਿੱਚ ਇਹ ਵੀ ਨੋਟ ਕਰਨ ਵਾਲੇ ਆਈ ਆ ਜਿੰਨੀਆਂ ਵੀ ਮੌਤਾਂ ਹੋਈਆਂ ਇਹ ਕੋਇਨਸੀਡੈਂਸ ਕਹ ਲਓ ਜਾਂ ਜੋ ਵੀ ਕਹ ਲਓ ਪਹਿਲਾਂ ਸੁਸ਼ਾਨ ਸਿੰਘ ਰਾਜਪੂਤ ਫਿਰ ਸudarsh chukla ਫਿਰ ਸੰਦੀਪ ਸਿੰਘ ਸਿੱਧੂ ਫਿਰ ਸੰਦੀਪ ਨੰਗਲ ਅੰਬੀਆਂ ਫਿਰ ਸਿੱਧੂ ਸ਼ੋਭਦੀਪ ਸਿੰਘ ਸਿੱਧੂ ਸਾਰੇ ਅਸਤੋਨੈਮ ਸ਼ੁਰੂ ਹੁੰਦੇ ਆ ਕੋਇਨਸੀਡੈਂਸ ਆ ਹੁਣ ਪਤਾ ਨਹੀਂ ਕੀ ਆ ਜੋ ਵੀ ਆ ਭਰਾਵੋ ਹਾਂਜੀ ਪ੍ਰਮਾਤਮਾ ਨੂੰ ਮਨਜ਼ੂਰ ਸੋ ਕਹਿਣ ਦੀ ਗੱਲ ਇਹ ਹੈ ਵੀ ਆਪਣੇ ਪਾਕਿਸਤਾਨ ਤੇ ਦੇਖੋ ਕਿੰਨਾਰਵਾ ਖਰਵਾ ਦਾ ਕਰ ਦਿਆ ਪਾਕਿਸਤਾਨ ਚ 30 ਰੁਪਏ ਤੋਂ ਵੱਧ ਇਕੱਠਾ ਹੀ ਪੈਟਰੋਲ ਦਾ ਰੇਟ ਚੱਕਤਾ ਸੋ ਭਰਾਵੋ ਤੁਸੀਂ ਦਾ ਪਾਸਪੋਰਟ ਤੇ ਲਿਖੀ ਫਿਰਦੇ ਆਂ ਭਈ ਇਜ਼ਰਾਈਲ ਕਦੀ ਜਾ ਨਹੀਂ ਸਕਦੇ ਇਹ ਵੀ ਮੁ슬ਮਨ ਦੇਸ਼ ਹੀ ਆ ਸਭ ਤੋਂ ਵੱਡੇ ਮੁ슬ਮਨ ਦੇਸ਼ਾਂ ਤੋਂ ਇੱਕ ਆ ਸੋ ਬਾਈ ਜੀ ਇਹ ਦੇਖਦੇ ਆ ਸਾਡਾ ਫਾਇਦਾ ਕਿੱਧਰੋਂ ਹੁੰਦਾ ਆ ਹਾਂਜੀ ਹੁਣ ਜਿਹੜੀ ਪਹਿਲੇ ਤੇ ਦੂਜਾ ਵਿਸ਼ਵ ਜੁੱਧ ਦੋਏ ਯੂਰਪ ਚ ਹੋਏ ਆ ਹੁਣ ਯੂਰਪ ਦੀਆਂ 30 ਕੰਟਰੀਆਂ ਦੇ ਬਾਰਡਰ ਓਪਨ ਆ ਕਹਿੰਦੇ ਆਓ ਜਾਓ ਉਹ ਅਕਲ ਲੈ ਲੈਂਦੇ ਆ ਭਈ ਬਾਈ ਆਪਾਂ ਅਕਲ ਲੈ ਲਈ ਆ ਆਪਾਂ ਇਹਨਾਂ ਗੱਲਾਂ ਚੋਂ ਨਿਕਲੀਏ ਤੇ ਆਪਣੇ ਵਾਲੇ ਪਾਸੇ ਭਾਰਤ ਪਾਕਿਸਤਾਨ ਚ ਦੋਏ ਪਾਸੇ ਲੋਕ ਉਹੀ ਬਾਈ ਜੀ ਜ਼ਹਿਰ ਮਨਾਂ ਚ ਭਰੀ ਫਿਰਦੇ ਆ ਫਿਰਦੇ ਆ ਫਿਰਦੇ ਆ ਸੋ ਇਹਨਾਂ ਤੋਂ ਥੋੜੀ ਅਕਲ ਲੈ ਲਓ ਮੈਂ ਤਾਂ ਇਹੀ ਕਹਿ ਸਕਦਾ ਤੇ ਹੋਰ ਦਿਖਾਉਣੇ ਆ ਬਾਈ ਜੀ ਆਪਾਂ ਕਿਸੇ ਪਾਰਟੀ ਦੇ ਭਗਤ ਨਹੀਂ ਗੇ ਸतीश ਆਚਾਰੀਏ ਬਾਈ ਦੀਆਂ ਸਦਾਈ ਮੈਂ ਤਰੀਫਾਂ ਕਰਦਾ ਪੱਤਰਕਾਰ ਆ ਬਹੁਤ ਵਧੀਆ ਇਹਨੇ ਕਾਰਟੂਨ ਛਾਪਿਆ ਪੰਜਾਬ ਦੇ ਹਾਲਾਤਾਂ ਤੇ ਸੋ ਦੇਖ ਸਕਦੇ ਆ ਸੋ ਝਾੜੂ ਕੌਣ ਲਾ ਰਿਹਾ ਆ ਪੰਜਾਬ ਦੇ ਖੂਨ ਨੂੰ ਖੂਨ ਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰ ਰਿਹਾ ਤੁਹਾਡੇ ਸਾਹਮਣੇ ਤਸਵੀਰ 'ਚ ਆ ਪਰ ਬਾਈ ਜੀ ਪ੍ਰਸ਼ਾਸਨ ਦੀ ਨਾਕਾਮੀ ਹੈ ਤੇ ਹੈ ਇਸ ਕੋਈ ਸ਼ੱਕ ਨਹੀਂਗਾ ਸੋ ਜਦੋਂ ਆਮ ਆਦਮੀ ਦੀ سپورਟ 'ਚ ਮੈਂ ਬਹੁਤ ਰੌਲਾ ਪਾਇਆ ਸੀ ਹੁਣ ਜਿੱਥੇ ਉਹ ਫੇਲ ਆਪਾਂ ਫੇਲ ਵੀ ਕਰਾਂਗੇ ਥੋੜੋ ਅੱਖਾਂ ਉਹਦੇ ਪੱਟੀ ਮੰਨ ਲੈਣੀ ਹਾਂ ਜੀ ਜਿੱਦਾਂ ਗੋਦੀ মিডিਆ ਐ ਇਦਾਂ ਹੀ ਪੰਜਾਬ ਚ ਕੇਜੀ মিডিਆ ਐ ਉਨੀ ਇਹਨਾਂ ਬਾਰੇ ਕੁਝ ਕਹਿਣਾ ਹੀ ਨਹੀਂਗਾ ਪਰ ਜੋ ਸੱਚ ਆ ਸੱਚ ਆ ਭਰਾਵੋ ਹਾਂਜੀ ਤੇ ਹੋਰ ਦਿਖਾਉਣੇ ਆ ਤੁਹਾਨੂੰ ਤੇ ਬਾਕੀ ਆਪਣੇ ਕਿਸਾਨ ਨੇਤਾ ਰਕੇਸ਼ ਟਕੈਤ ਤੇ ਕਰਨਾਟਕਾ ਚ ਅਟੈਕ ਹੋਇਆ ਤੁਸੀਂ ਦੇਖ ਹੀ ਲਿਆ ਹੋਣਾ ਆ ਹਾਂਜੀ ਇਹਨਾਂ ਤੇ ਸਾਈ ਸਿੱਟੀ ਗਈ ਮਾਈਕ ਮਾਰੇ ਗਏ ਇਹਨਾਂ ਦੇ ਉੱਤੇ ਇਹ ਸੋ ਦੇਖ ਸਕਦੇ ਆ ਤੇ ਤੁਹਾਡੇ ਨਾਲ ਇੱਕ ਗੱਲ ਹੋਰ ਸਾਂਝੀ ਕਰਦੇ ਇੱਕ ਹੋਰ ਗੱਲ ਦੇਖੋ ਉਹੀ ਗੱਲ ਆ ਭਰਾਵੋ ਜਿਹੜੇ ਯੂਰੋਪੀਅਨ ਦੇਸ਼ ਆ ਕੈਨੇਡਾ ਅਮਰੀਕਾ ਨਿਊਜ਼ੀਲੈਂਡ ਆਸਟ੍ਰੇਲੀਆ ਕਾਮਯਾਬ ਜਿਹੜੇ ਦੇਸ਼ ਆ ਜਿਹੜੇ ਕਿਉਂ ਕਾਮਯਾਬ ਆ ਕਿਉਂਕਿ ਇਹਨਾਂ ਨੇ ਆਪਣੇ ਵਿਰਸੇ ਸੰਭਿਆ ਸਾਰਾ ਕੁਝ ਸੰਭਿਆ ਆ ਹੁਣ ਆ ਤਸਵੀਰ ਆ ਬਈ ਜੀ ਮੋਨਾ ਲੀਜ਼ਾ ਦੀ ਤਸਵੀਰ ਆ 1960 ਚੀ ਦੀ ਇਨਸ਼ੋਰੈਂਸ ਹੋਈ ਸੀ ਜੋ ਅੱਜ ਦੇ ਸਮੇਂ ਚ ਇਹਦੀ ਇਨਸ਼ੋਰੈਂਸ 1000 1 ਬਿਲੀਅਨ ਡਾਲਰ ਦੇ ਕਰੀਬ ਆ ਇਹਦੀ ਇਸ ਤਸਵੀਰ ਦੀ ਇੰਸ਼ੋਰੈਂਸ ਕਿਉਂ ਕਿਉਂਕਿ ਇਹ 1503 ਈਸਵੀ ਦੀ ਆ ਹਾਂਜੀ ਸਹੀ ਸੁਣਿਆ ਤੁਸੀਂ 1503 ਚ ਇਹ ਬਣਾਈ ਗਈ ਸੀਗੀ ਦੇਖ ਸਕਦੇ ਨੇ ਜਦੋਂ ਸਿੱਖ ਧਰਮ ਦੀ ਸ਼ੁਰੂਆਤ ਹੋਈ ਸੀ ਉਹਨਾਂ ਟਾਈਮਾਂ ਦੀ ਇਹ ਤਸਵੀਰ ਬਣਾਈ ਹੋਆ ਇਟਲੀ ਦੇ ਕਿਸੇ ਕਲਾਕਾਰ ਨੇ ਤੇ ਅਜੇ ਤੱਕ ਗੋਰਿਆਂ ਨੇ ਸੰਭਿਓ ਤੇ ਆਪਣੇ ਵਾਲੇ ਪਾਸੇ ਲਓ ਜੀ ਇਹ ਪ੍ਰਾਣੀਆਂ ਮਾਰਤਾ ਆ ਖੰਡਨ ਮਾਰਤਾ ਹੋ ਗਈਆਂ ਤੋੜ ਦਿਓ ਜੀ ਇਹਨਾਂ ਨੂੰ ਜੜ ਦੋ ਸੰਗ ਮਰ ਮਰ ਜੀ ਜੜ ਦੋ ਸੰਗ ਮਰ ਮਰ ਕਦੀ ਇਟਲੀ ਯੂਰਪ ਚ ਜਾ ਕੇ ਦੇਖਿਓ 7700 11 ਸਾਲ ਪੁਰਾਣੀਆਂ ਤੁਹਾਨੂੰ ਮਾਰ ਤਾਂ ਤਸਵੀਰਾਂ ਮਿਲਣੀਆਂ ਆਪਣੇ ਵਾਲੇ ਪਾਸੇ ਚਲੋ ਜੀ ਅਗੇ ਕਾਰਸੇਵਾਲੇ ਬਾਬੇ ਚਲੋ ਜੀ ਤੋੜ ਦਿਓ ਜੀ ਜੜ ਦੋ ਸੁng ਮਰ ਮਰ ਹੱਦਿਆ ਯਾਰ ਥੋਡੇ ਵਾਲੀ ਸੋ ਇਹਦਾ ਮੈਂ ਗੱਲ ਕਿਉਂ ਸ਼ੁਰੂ ਕੀਤੀ ਇਸਤੇ ਕੱਲ ਇੱਕ ਇਨਸਾਨ ਨੇ ਸਨ 1500 ਦੀ ਤਸਵੀਰ ਆ ਇੱਕ ਬਿਲੀਅਨ ਡਾਲਰ ਤੋਂ ਵੱਧ ਦੀ ਇਹਦੀ ਇਨਸ਼ੋਰੈਂਸ ਆ ਤੇ ਇੱਕ ਗੱਲ ਇਹਦੀ ਹੋ ਰਹੀ ਹੈ ਇਹਦੇ ਹੋ ਹੈਨਿੰਗ ਹੈ ਆਈ ਬ੍ਰੋ ਇਹਦੇ ਬਾਰੇ ਇਹ ਮਸ਼ਹੂਰ ਕਹਾਤੇ ਐ ਇੰਨੀ ਇਹਦੇ ਬਾਰੇ ਚੰਗੀ ਤਰ੍ਹਾਂ ਦੱਸਾਂਗੇ ਤਸਵੀਰ ਆ ਇੱਕ ਹਾਂਜੀ ਸੋ ਇਹ ਬਾਈ ਜੀ ਕੀ ਹੋਇਆ ਕੱਲ ਇਹ ਨਿਆਣਾ ਜਿਹਾ ਦੇਖ ਸਕਦੇ ਆ ਇਕਾਲ ਇੱਕ ਜਿਆਦਾ ਉਮਰ ਵਾਲੀ ਔਰਤ ਦੇ ਰੂਪ ਚ ਉੱਥੇ ਦੇਖਣ ਗਿਆ ਬੀਲ ਚੇਅਰ ਤੇ ਤੇ ਉੱਠ ਕੇ ਇਸ ਨੇ ਕੇ ਕਮਲਤਾ ਮੋਨਾਲੀਜ਼ਾ ਦੀ ਤਸਵੀਰ ਤੇ ਤੇ ਹਾਂਜੀ ਹੋਰ ਦਿਖਾਉਣੇ ਆ ਸੋ ਭਰਾਵੋ ਬਹੁਤ ਕਮੀਆਂ ਖਾਮੀਆਂ ਆਪਣੇ ਵਾਲੇ ਪਾਸੇ ਆਪਾਂ ਮੰਦੇ ਨਹੀਂਗੇ ਆਪਾਂ ਕਹਿੰਨੇ ਨਹੀਂ ਜੀ ਆਪਾਂ ਦਾ ਸਰਬਕੁਲਾ ਸੰਪੂਰਨ ਹੀ ਆ ਹਾਂਜੀ ਤੇ ਹੋਰ ਦਿਖਾਉਣਾ ਬਾਈ ਤੇ ਆ ਇਹਦੇ ਬਾਰੇ ਵੀ ਕਈ ਵਾਰ ਮੈਂ ਕਹਿੰਦਾ ਵੀ ਵੀਡੀਓ ਕਰੂੰਗਾ ਕਰ ਨਹੀਂ ਹੁੰਦੀ ਪਰ ਨਹੀਂ ਯਾਰ ਕਰੂੰਗਾ ਹੁਣ ਜਿਹੜੀਆਂ ਉਹਨਾਂ ਚੀਜ਼ਾਂ ਦਾ ਹੀ ਕਿਆ ਕਰਨਾ ਜਿਹਦਾ ਕਰ ਸਕਦਾ ਸੋ ਬਿਗ ਬੈਨ ਇਹ ਸਭ ਨੂੰ ਪਤਾ ਇੰਗਲੈਂਡ ਤੋਂ ਵੀ ਬਹੁਤ ਵੀਰ ਭਰਾ ਦੇਖਦੇ ਆ ਸੋ ਦੇਖੋ ਕਿ ਕਿੱਡਾ ਵੱਡਾ ਆ ਤੁਸੀਂ ਇਸ ਤੋਂ ਅੰਦਾਜ਼ਾ ਲਾ ਸਕਦੇ ਆ ਹਾਂਜੀ 1859 ਚ ਅੱਜ ਦੇ ਦਿਨ ਕੰਪਲੀਟ ਹੋਇਆ ਸੀ ਤੇ ਕਿਉਂ ਨਾ ਲੇ ਜਾ ਵਸ ਦੇ ਨਾਂ ਤੇ ਜਦੋਂ ਜੁਬਲੀ ਸੀ ਉਹਦੀ ਉਹਦੇ ਨਾਂ ਤੇ ਇਹਦਾ ਨਾਂ ਰੱਖਤਾ ਗਿਆ ਸੀ ਬਿਗ ਬੈਨ 1859 ਚ ਅੱਜ ਦੇ ਦਿਨ ਕੰਪਲੀਟ ਹੋਇਆ ਸੀਗਾ ਤੇ 2005 ਚ ਗਰਮੀ ਇੰਨੀ ਪਈ ਉੱਥੇ ਇਹ ਕਲੌਕ ਹੀ ਖੜ ਗਿਆ ਸੀ ਸੋ ਦੇਖ ਸਕਦੇ ਆ ਵੀ ਬਹੁਤ ਵੱਡਾ ਆ ਸੋਈ ਦਾ ਵੀ ਤੱਤ ਤੁਹਾਡੇ ਨਾਲ ਸਾਂਝਾ ਕਰਾਂਗੇ ਅੱਜ ਦੇ ਦਿਨ ਹਤਿਆਰ ਹੋਇਆ ਸੀ ਤੇ ਦੋ ਤਸਵੀਰਾਂ ਹੋਰ ਦਿਖਾਉਨੇ ਆ ਤੁਹਾਨੂੰ ਤੇ ਭਰਾਵੋ ਅਮਰੀਕਾ 'ਚ ਦਾ ਬੜਾ ਹੀ ਮਾੜਾ ਹਾਲ ਆ ਹੁਣ 10 ਸਾਲ ਦਾ ਨਿਆਣਾ ਪੁਲਿਸ ਨੇ ਚੱਕਿਆ ਬਾਈ ਜੀ ਇਹ ਵੀ ਧਮਕੀਆਂ ਦਿੰਦਾ ਸੀ ਜਿੱਦਾ ਪਹਿਲਾਂ 17-18 ਸਾਲ ਦੇ ਨੇ ਸਕੂਲ 'ਚ ਮਾਰਤੇ 20-25 ਜਣੇ ਇਹ ਧਮਕਾ ਦੇਖੋ ਬਾਈ ਜੀ ਇਹਦਾ ਸ਼ਕਲ ਦੇਖੋ ਨਿਆਣੇ ਦੀ ਇਹ ਧਮਕੀਆਂ ਦਿੰਦਾ ਸੀ ਕਿ ਮੈਂ ਸਕੂਲ 'ਚ ਮਾਰ ਦੇਣੇ ਆ ਇਹ ਮੈਸੇਜ ਕਰਦਾ ਸੀ ਅੱਗੇ ਦੀ ਅੱਗੇ ਤੇ ਹੁਣ ਉੱਥੇ ਦੀ ਅਮਰੀਕਾ ਦੀ ਪੁਲਿਸ ਸੀਰੀਅਸ ਲੈ ਰਹੀ ਇਹਨਾਂ ਚੀਜ਼ਾਂ ਨੂੰ ਸੋ ਇਹ 10 ਸਾਲ ਦੇ ਨੂੰ ਫਲੋਰੀਡਾ 'ਚ ਪੁਲਿਸ ਨੇ ਚੱਕ ਲਿਆ ਤੁਹਾਡੇ ਸਾਹਮਣੇ ਆ ਇਹ ਕਹਿੰਦਾ ਸੀ ਮੇਰੇ ਕੋ ਉੱਥੇ ਆ ਰਿਹਾ ਮੈਂ ਮਾਰ ਦੇਣੇ ਸਕੂਲ ਸੋ ਬਾਕੀ ਹੋਰ ਦੋ ਤਸਵੀਰਾਂ ਦਿਖਾਉਣੇ ਆ ਸੋ ਭਰਾਵੋ ਇਹੀ ਗੱਲ ਆ ਆਪਾਂ ਵੀ ਕੁਝ ਸੇਧ ਲਈਏ ਬਾਕੀ ਦੇਸ਼ਾਂ ਦੇ ਆ ਲੋਕਾਂ ਤੋਂ ਜਾਂ ਉਹਨਾਂ ਮੁਲਕਾਂ ਤੋਂ ਤੇ ਬਿਸ਼ਪ ਤਵਾਕੂ ਦੇਵਸ ਸੇ ਅੱਜ ਕਹਿੰਦੇ ਸ਼ਾਇਦ ਤੇ ਉਹ ਇੱਕ ਮੈਂ ਛੋਟਾ ਹੁੰਦਾ ਪੜਦਾ ਹੁੰਦਾ ਸੀਗਾ ਖਵਾਰਾਂ ਚ ਸੁਧਾਰਸ਼ਨ ਪਟਨਾਇਕ ਆ ਕੋਈ ਓਡੀਸ਼ਾ ਦਾ ਕਲਾਕਾਰ ਉਸਨੇ ਬਹੁਤ ਵਧੀਆ ਤਸਵੀਰ ਬਣਾਈ ਆ ਦੇਖ ਸਕਦੇ ਆ ਓਡੀਸ਼ਾ ਦੇ ਉੱਥੇ ਇਹ ਆਪਣੇ ਸਮੁੰਦਰਾਂ ਦੇ ਬਣਾਉਂਦਾ ਹੁੰਦਾ ਬਿਸ਼ਪ ਤਵਾਕੂ ਦੇਵਸ ਤੇ ਸੋ ਇਸਨੇ ਤਸਵੀਰ ਬਣਾਈ ਆ ਮੈਂ ਕਿਹਾ ਤੁਹਾਡੇ ਨਾਲ ਸਾਂਝੀ ਕਰ ਦਵਾਂ ਸੋ ਬਾਈ ਜੀ ਤਸਵੀਰ ਇੱਕ ਅੱਧੀ ਲਾਸਟ ਹੋਰ ਦਿਖਾ ਦਿੰਨੇ ਆ ਸੋ ਭਰਾਵੋ ਜਾਂਦੇ ਜਾਂਦੇ ਕੁਦਰਤ ਦਾ ਪਤਾ ਨਹੀਂ ਰੱਬ ਦਾ ਜੋ ਵੀ ਆ ਕੋਈ ਅੰਤ ਨਹੀਂਗਾ ਸੋ ਅੱਜ ਜਾਂਦੇ ਜਾਂਦੇ ਆਪਣੇ ਮੁ슬ਮਨ ਭਾਈਚਾਰੇ ਵਾਲੇ ਭਰਾਵੋ ਮੈਨੂੰ ਇੱਕ ਗੱਲ ਦੱਸਿਓ ਸੋ ਮੈਂ ਬਹੁਤ ਕਮੈਂਟ ਪੜੇ ਆਪਣੇ ਟਿਕਟੋਕ ਤੇ ਬਹੁਤ ਵੀਰ ਭਰਾ ਆਰ ਆਈ ਪੀ ਰੈਸਟ ਇਨ ਪੀ ਸਿੱਧੂ ਮੂਸੇ ਵਾਲੇ ਬਾਰੇ ਲਿਖ ਰਹੇ ਆ ਪਰ ਕਈ ਮੁ슬ਮਨ ਵੀਰ ਭਰਾ ਕਹਿੰਦੇ ਵੀ ਆਰ ਆਈ ਪੀ ਨਾ ਲਿਖੋ ਵੀ ਤੁਹਾਨੂੰ ਕੀ ਦਿੱਕਤ ਹੈ ਉਸ ਤੋਂ ਮੈਨੂੰ ਇਹਦੇ ਬਾਰੇ ਦੱਸਿਓ ਹਾਂਜੀ ਓ ਭਰਾਵੋ ਇੰਨੀ ਕਟੜਤਾ ਲੈ ਕੇ ਤੁਸੀਂ ਕਿੱਥੇ ਨੂੰ ਜਾਣਾ ਭਈਏ ਪਤਾ ਨਹੀਂ ਭਈ SO RIP ਵੀ ਕੀ ਦਿੱਕਤ ਹੈ ਤੁਹਾਨੂੰ ਮੈਂ ਬਹੁਤ ਕਮੈਂਟ ਪੜੇ ਵੀ ਤੂੰ ਮੁਸਲਮਾਨ ਹੋ ਕੇ RIP ਨਾ ਲਿਖਾ ਇਦਾਂ ਉਦਾਂ ਭਰਾਵੋ ਇਹਦਾ ਥੋੜਾ ਤਰਕ ਸਾਨੂੰ ਵੀ ਦੱਸ ਦਿਓ ਆਪਾਂ ਵੀ ਗਾਂ ਚਾਰ ਲੋਕਾਂ ਤੱਕ ਦੱਸ ਦਈਏ ਆ ਕੀ ਆ ਭਾਈ ਜੀ ਜਿਹੜੀ ਗੈਲੈਕਸੀ ਚ ਆਪਾਂ ਰਹਿੰਦੇ ਮਿਲਕੀਵੇ ਗੈਲੈਕਸੀ ਉਹਦਾ ਸੈਂਟਰ ਆ 500 ਮਿਲੀਅਨ ਤੋਂ ਬਾਅਦ ਸਟਾਰ ਆ ਪਤਾ ਨਹੀਂ ਕੀ ਕੀ ਧਰਤੀਆਂ ਆ ਪਤਾ ਨਹੀਂ ਕੀ ਕੀ ਆ ਜਾਂਦੇ ਆਂਦੇ ਬਾਈ ਇਸ ਗੱਲ 'ਚ ਮੈਂ ਯਕੀਨ ਰੱਖਦਾ ਵੀ ਪੈਰਲਲ ਯੂਨੀਵਰਸ ਇੱਕ ਹੈਗਾ ਆ ਹੋਰ ਦੁਨੀਆਂ ਹੈਗੀਆਂ ਆ ਜਿੱਥੇ ਸਾਡੇ ਵਰਗੇ ਲੋਕ ਹੈਗੇ ਆ ਹਾਂਜੀ ਸੋ ਤੁਸੀਂ ਮੰਨੋ ਜਾਂ ਨਾ ਮੰਨੋ ਸੋ ਦੇਖ ਸਕਦੇ ਆ ਆਪਣੀ ਜਿਹੜੀ ਆਪਣੀ ਗੈਲੈਕਸੀ ਆ ਉਹਦੇ ਸੈਂਟਰ 'ਚ ਇਹ 500 ਮਿਲੀਅਨ ਦੇਖ ਲਓ ਕਿੰਨੇ ਹੁੰਦੇ ਆ ਉਸ ਤੋਂ ਵੱਧ ਦੇ ਸਟਾਰ ਆ ਹਾਂਜੀ ਸੋ ਦੇਖ ਸਕਦੇ ਆ ਤੇ ਜਾਂਦੇ ਜਾਂਦੇ ਬਾਈ ਜੀ ਸਭ ਦਾ ਸ਼ੁਕਰੀਆ ਤੇ ਭੁੱਲ ਚੁੱਕ ਮਾਫ ਮਿਲਦੇ ਆ ਸ਼ਾਮ ਨੂੰ ਨਵੀਂ ਵੀਡੀਓ ਨਾਲ ਤੇ ਆਪਣੇ ਵਿਚਾਰ ਤੁਸੀਂ ਵੀ ਦਿਓ ਬਾਈ ਜੀ ਪੰਜਾਬ ਦੇ ਜਿਹੜੇ ਪੱਤਰਕਾਰਤਾ ਬਾਰੇ ਪ੍ਰਭੂ ਹਾਂਜੀ ਸੋ ਹੱਥੇ ਜੋੜ ਸਕਦੇ ਆ ਥੋੜੀ ਜੀ ਆਪਣੇ ਆਪ ਚ ਇਨਸਾਨੀਅਤ ਲੈ ਕੇ ਆਓ ਸੋ ਤੁਸੀਂ ਵੀ ਦੱਸਿਓ ਜਿਹੜੇ ਪੰਜਾਬ ਦੇ ਪੱਤਰਕਾਰ ਤੁਹਾਡੇ ਉਹਨਾਂ ਬਾਰੇ ਕੀ ਵਿਚਾਰਿਆ ਸ਼ੁਕਰੀਆ